ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਬਾਲੀ ਵਸਦਾ ਸੀ, ਉਸਨੇ ਪਾਪ ਕੀਤੇ ਤਾਂ ਉਜੜ ਗਿਆ। ਸੁਗਰੀਵ ਉਜੜਿਆ ਹੋਇਆ ਸੀ ਕਿਉਂਕਿ ਬਾਲੀ ਨੇ ਜ਼ਬਰਦਸਤੀ ਉਸਦੀ ਘਰਵਾਲੀ ਖੋਹ ਲਈ ਸੀ ਅਤੇ ਉਸਨੂੰ ਰਾਜ ਵਿੱਚੋਂ ਬਾਹਰ ਕੱਢ ਦਿੱਤਾ ਸੀ। ਸ੍ਰੀ ਰਾਮ ਚੰਦਰ ਜੀ ਨੇ ਬਾਲੀ ਨੂੰ ਮਾਰ ਕੇ ਸੁਗਰੀਵ ਨੂੰ ਵਸਾ ਦਿੱਤਾ। ਵਸਦੇ ਹੋਏ ਧਰੂ ਭਗਤ ਨੂੰ ਉਜਾੜ ਕੇ ਜੰਗਲਾਂ ਵਿੱਚ ਤਪ ਕਰਨ ਤੋਂ ਫਿਰ ਪਰਮੇਸ਼ਰ ਨੇ ਰਾਜ ਭਾਗ ਬਖਸ਼ ਕੇ ਵਸਦਾ ਕੀਤਾ ਸੀ। ਪਾਂਡਵ ਸੁੱਖ ਨਾਲ ਘਰ ਵਿੱਚ ਵਸਦੇ ਹਨ। ਜੂਆ ਖੇਡਣ ਰੂਪ ਖੋਟਾ ਕਰਮ ਕਰਨ ਤੋਂ ਉਜੜ ਗਏ। 12 ਸਾਲ ਜੰਗਲਾਂ ਵਿੱਚ ਰਹੇ। ਫਿਰ ਪਰਮੇਸ਼ਰ ਚੇਤੇ ਆਉਣ ਤੋਂ ਕ੍ਰਿਸ਼ਨ ਭਗਵਾਨ ਜੀ ਨੇ ਯੁੱਧ ਵਿੱਚ ਫਤਿਹ ਕਰਵਾ ਕੇ ਰਾਜ ਭਾਗ ਦਾ ਮਾਲਕ ਬਣਾ ਕੇ ਵਸਦੇ ਕੀਤੇ। ਸਰਹੰਦ ਵਸਦਾ ਸੀ, ਉਹ ਉਜੜ ਗਿਆ ਅਤੇ ਉਜੜਿਆ ਅਸਥਾਨ ਸੀ ਲਾਇਲਪੁਰ ਦਾ ਇਲਾਕਾ। ਇਹ ਸੋਹਣਾ ਵਸ ਗਿਆ ਭਾਵ ਜਦੋਂ ਇਨਸਾਨ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਤਾਂ ਵਸਦਾ ਹੋਇਆ ਵੀ ਉਜੜ ਜਾਂਦਾ ਹੈ ਅਤੇ ਜਦੋਂ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਤਾਂ ਉਜੜਿਆ ਹੋਇਆ ਵੀ ਵਸ ਜਾਂਦਾ ਹੈ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ। ਅੱਜ ਤੋਂ ਕੁਝ ਸਦੀਆਂ ਪਹਿਲਾਂ ਬਿਆਸ ਦਰਿਆ ਬਠਿੰਡੇ ਪਾਸ ਵਗਦਾ ਸੀ ਪਰ ਅੱਜ ਉੱਥੇ ਖੁਸ਼ਕ ਜਗ੍ਹਾ ਹੈ। ਇਉਂ ਜਲ ਵਾਲੀ ਥਾਂ ਥਲ ਖੁਸ਼ਕ ਕਰ ਦਿੱਤਾ ਭਾਵ ਰੇਗਿਸਤਾਨ ਬਣਾ ਦਿੱਤਾ ਹੈ ਅਤੇ ਰੇਗਿਸਤਾਨ ਨੂੰ ਕੂਆ ਖੂਹ ਛੱਪੜ ਕਰ ਦਿੰਦਾ ਹੈ। ਜਿਵੇਂ ਹਰੀਕਾ ਪੱਤਣ ਪਹਿਲਾਂ ਖੁਸ਼ਕ ਥਾਂ ਸੀ, ਅੱਜ ਦਰਿਆ ਵਗ ਰਿਹਾ ਹੈ। ਜਿਵੇਂ ਰਾਵੀ ਦਰਿਆ ਡੇਹਰੇ ਸਾਹਿਬ ਦੇ ਬਿਲਕੁਲ ਨਾਲ ਦੀ ਚੱਲਦਾ ਸੀ, ਹੁਣ ਡੇਹਰੇ ਸਾਹਿਬ ਤੋਂ ਬਹੁਤ ਦੂਰ ਚੱਲਿਆ ਗਿਆ ਹੈ। ਇਸੇ ਤਰ੍ਹਾਂ ਹੀ ਬਿਆਸ ਦਰਿਆ ਸ੍ਰੀ ਗੋਇੰਦਵਾਲ ਸਾਹਿਬ ਦੇ ਨਾਲ ਚੱਲਦਾ ਸੀ ਪਰ ਹੁਣ ਬਹੁਤ ਪਿਛਾਂਹ ਹਟ ਗਿਆ ਹੈ। ਅਥਵਾ ਜਲ ਨਿਮਰਤਾ ਵਾਲਿਆਂ ਨੂੰ ਥਲ ਰੇਗਿਸਤਾਨੀ ਟਿੱਬਿਆਂ ਦੀ ਤਰ੍ਹਾਂ ਉੱਚਿਆਂ ਕਰ ਦਿੰਦਾ ਹੈ ਅਤੇ ਥਲ ਰੇਗਿਸਤਾਨੀ ਟਿੱਬਿਆਂ ਦੀ ਤਰ੍ਹਾਂ ਉੱਚਿਆਂ ਹੰਕਾਰੀਆਂ ਨੂੰ ਕੂਆ ਖੂਹ ਦੀ ਤਰ੍ਹਾਂ ਨੀਵਾਂ ਕਰ ਦਿੰਦਾ ਹੈ। ਕੂਪ ਤੇ ਮੇਰ ਕਰਾਵੈ, ਖੂਹ ਦੀ ਨਿਆਈ ਨੀਵਿਆਂ ਨੂੰ ਮੇਰ ਅਚਲ ਪਦਵੀਆਂ ਬਖਸ਼ ਦਿੰਦਾ ਹੈ। ਜਿਵੇਂ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ ਆਦਿਕਾਂ ਨੂੰ ਬਖਸ਼ੀਆਂ ਹਨ। ਪਦਾਰਥਾਂ ਵਾਲਿਆਂ ਨੂੰ ਗਰੀਬ ਕਰ ਦਿੰਦਾ ਹੈ ਅਤੇ ਗਰੀਬਾਂ ਨੂੰ ਪਦਾਰਥਾਂ ਵਾਲੇ ਅਮੀਰ ਕਰ ਦਿੰਦਾ ਹੈ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਧਰਤੀ ਤੇ ਰਹਿਣ ਵਾਲੇ ਨੌਖ ਵਰਗੇ ਰਾਜਿਆਂ ਨੂੰ ਤਪ ਕਰਨ ਤੋਂ ਆਕਾਸ਼ ਚੜਾਵੈ ਭਾਵ ਸਵਰਗ ਦੇ ਰਾਜੇ ਬਣਾ ਦਿੰਦਾ ਹੈ ਅਤੇ ਹੰਕਾਰ ਕਰਨ ਤੋਂ ਫਿਰ ਸਵਰਗ ਵਿੱਚੋਂ ਸੱਪ ਬਣਾ ਕੇ ਡੇਗ ਦਿੰਦਾ ਹੈ। ਜੁਜਾਤੀ ਰਾਜੇ ਨੂੰ ਵੀ ਪਹਿਲਾਂ ਪੁੰਨ ਕਰਕੇ ਸਵਰਗ ਦਾ ਰਾਜਾ ਬਣਾਇਆ, ਫਿਰ ਆਪਣੀ ਉਸਤਤੀ ਆਪ ਕਰਨ ਤੇ ਜਦ ਪੁੰਨ ਨਾਸ ਹੋ ਗਏ ਤਾਂ ਮਾਤ ਲੋਕ ਵਿੱਚ ਨੀਮਖਾਰ ਤੀਰਥ ਤੇ ਸੁੱਟ ਦਿੱਤਾ ਸੀ। ਪੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਪੇਖਾਰੀ। ਜੇ ਚਾਹੇ ਤਾਂ ਮੰਗਤਿਆਂ ਤੋਂ ਰਾਜੇ ਬਣਾ ਦਿੰਦਾ ਹੈ। ਇੱਕ ਬਾਦਸ਼ਾਹ ਨੇ ਮਹਾਤਮਾ ਨੂੰ ਪੁੱਛਿਆ, ਖੁਦਾ ਕੀ ਕੰਮ ਕਰਦਾ ਹੈ? ਤਾਂ ਮਹਾਤਮਾ ਨੇ ਕਿਹਾ, ਹੇ ਰਾਜਨ, ਜੇ ਤੂੰ ਇਸ ਸਵਾਲ ਦਾ ਉੱਤਰ ਲੈਣਾ ਹੈ ਤਾਂ ਮੇਰੇ ਵਾਲੀ ਜਗ੍ਹਾ ਤੇ ਤੂੰ ਆ ਕੇ ਖਲੋ ਅਤੇ ਮੈਂ ਤੇਰੇ ਵਾਲੀ ਜਗ੍ਹਾ ਤੇ ਬੈਠਾਂ। ਬਾਦਸ਼ਾਹ ਉਸੇ ਵੇਲੇ ਤਖ਼ਤ ਤੋਂ ਉੱਤਰ ਕੇ ਨੀਵੇਂ ਥਾਂ ਤੇ ਆ ਖਲੋਤਾ ਤੇ ਮਹਾਤਮਾ ਤਖ਼ਤ ਉੱਤੇ ਬੈਠ ਗਏ। ਬਾਦਸ਼ਾਹ ਨੇ ਕਿਹਾ, ਉੱਤਰ ਦਿਓ। ਮਹਾਤਮਾ ਨੇ ਕਿਹਾ, ਤੂੰ ਅਜੇ ਵੀ ਨਹੀਂ ਸਮਝਿਆ, ਖੁਦਾ ਇਹੋ ਕੰਮ ਕਰਦਾ ਹੈ ਕਿ ਤੇਰੇ ਵਰਗੇ ਬਾਦਸ਼ਾਹਾਂ ਨੂੰ ਤਖ਼ਤ ਤੋਂ ਲਾਹ ਦਿੰਦਾ ਹੈ ਅਤੇ ਮੇਰੇ ਵਰਗੇ ਗਰੀਬਾਂ ਨੂੰ ਤਖ਼ਤ ਦੇ ਮਾਲਕ ਬਣਾ ਦਿੰਦਾ ਹੈ।
ਜਿਵੇਂ ਕਸ਼ਮੀਰ ਵਿੱਚ ਭੇਡਾਂ ਬੱਕਰੀਆਂ ਦੇ ਅਯਾਲੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਜ ਭਾਗ ਦਾ ਵਰ ਦਿੱਤਾ ਸੀ। ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਰਧ ਅਧਿਆਏ 15 ਜਿਲਦ 4 ਪੰਨਾ 895। ਜਿਵੇਂ ਕਾਲੇ ਦੇ ਭਤੀਜੇ ਸੰਦਲੀ ਅਤੇ ਫੂਲ ਨੂੰ ਜੋ ਯਤੀਮ ਗਰੀਬ ਭਿਖਾਰੀ ਸਨ, 7ਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਵਰ ਦੇ ਕੇ ਰਾਜ ਭਾਗ ਦੇ ਮਾਲਕ ਬਣਾਇਆ। ਜੇ ਚਾਹੇ ਤਾਂ ਰਾਜਿਆਂ ਤੋਂ ਮੰਗਤੇ ਬਣਾ ਦਿੰਦਾ ਹੈ। ਜਥਾ ਨਦਰ ਉਪੱਠੀ ਜੇ ਕਰੇ, ਸੁਲਤਾਨਾ ਕਾ ਕਰਾਏ ਦਾ, ਆਸਾ ਦੀ ਵਾਰ ਮਹੱਲਾ ਪਹਿਲਾ ਅੰਗ 472। ਐਸੀਆਂ ਅਨੇਕਾਂ ਸਾਖੀਆਂ ਹਨ ਜਿਵੇਂ ਔਰੰਗਜ਼ੇਬ ਨੇ ਆਪਣੇ ਬਾਪ ਸ਼ਾਹਜਹਾਨ ਦਾ ਰਾਜ ਖੋਹ ਕੇ ਕੈਦੀ ਬਣਾਇਆ, ਵੇਲੇ ਸਿਰ ਅੰਨ ਪਾਣੀ ਵੀ ਨਹੀਂ ਸੀ ਦਿੰਦਾ। ਜਦੋਂ ਆਗਰੇ ਤੋਂ ਦਿੱਲੀ ਨੂੰ ਹੱਥ ਬੰਨ ਕੇ ਲਿਜਾਇਆ ਜਾ ਰਿਹਾ ਸੀ ਤਾਂ ਸਰੀਰਕ ਕਿਰਿਆ ਕਰਨ ਦੇ ਬਹਾਨੇ ਬੱਦੇ ਹੱਥੀ ਪਛੂਆਂ ਵਾਂਗ ਮੂੰਹ ਨਾਲ ਤੋੜ ਕੇ ਛੋਲਿਆਂ ਦੇ ਖੇਤ ਵਿੱਚ ਡੱਡੇ ਟਾਟਾਂ ਖਾਧੇ ਸਨ। ਭਰਥਰੀ ਅਤੇ ਗੋਪੀ ਚੰਦ ਵਰਗੇ ਰਾਜਿਆਂ ਨੂੰ ਭਿਖਾਰੀ ਬਣਾ ਦਿੱਤਾ। ਅਜੇ ਨੇੜੇ ਦੀ ਹੀ ਗੱਲ ਹੈ ਕਿ ਈਰਾਨ ਦੇ ਬਾਦਸ਼ਾਹ ਨੂੰ ਕੋਈ ਸ਼ਰਨ ਦੇਣ ਨੂੰ ਵੀ ਤਿਆਰ ਨਹੀਂ ਸੀ, ਜੋ ਰੁੜਕੇ ਅਤੇ ਦੁਖੀ ਹੋ ਕੇ ਮਰਿਆ ਸੀ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਖਲ ਮੂਰਖ ਅਤਿਅੰਤ ਮੂਰਖ ਤੋਂ ਪੰਡਿਤ ਵਿਦਵਾਨ ਕਰ ਦਿੰਦਾ ਹੈ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। 10ਵਾਂ ਅੰਗ 119। ਜਿਵੇਂ 8ਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਛੱਜੂ ਝੂਰ ਜੋ ਗੂੰਗਾ ਬੋਲਾ ਅਤੇ ਅਤਿ ਮੂਰਖ ਸੀ, ਲੋਕਾਂ ਦੇ ਘਰਾਂ ਵਿੱਚ ਪਾਣੀ ਦੇ ਘੜੇ ਭਰ ਕੇ ਪੇਟ ਪੂਰਤੀ ਕਰਿਆ ਕਰਦਾ ਸੀ, ਉਸਨੂੰ ਪੰਡਿਤ ਬਣਾ ਦਿੱਤਾ। ਭਾਵ ਉਸ ਪਾਸੋਂ ਗੀਤਾ ਦੇ ਅਰਥ ਕਰਵਾ ਕੇ ਲਾਲ ਪੰਡਿਤ ਦਾ ਹੰਕਾਰ ਤੋੜਿਆ ਸੀ ਅਤੇ ਪੰਡਿਤ ਵਿਦਵਾਨ ਤੋਂ ਅਤਿ ਮੂਰਖ ਬਣਾ ਦਿੰਦਾ ਹੈ। ਜਿਵੇਂ ਗਾਂਗੇ ਤੇਲੀ ਨੇ ਸਭਾ ਵਿੱਚ ਪੰਡਿਤ ਨੂੰ ਜਿੱਤਿਆ ਸੀ, ਅਜਾਮਲ ਵਿਦਵਾਨ ਪੰਡਿਤ ਸੀ, ਉਸ ਨੂੰ ਅਤਿਅੰਤ ਮੂਰਖ ਬਣਾ ਕੇ ਮੂਰਖਾਂ ਵਾਲਾ ਕੰਮ ਕਰਵਾਇਆ, ਵੇਸਵਾ ਗਾਮੀ ਬਣਾ ਦਿੱਤਾ। ਨਾਰੀ ਤੇ ਜੋ ਪੁਰਖ ਕਰਾਵੈ, ਪਰਮਾਤਮਾ ਜੇ ਚਾਹੇ ਤਾਂ ਇਸਤਰੀ ਤੋਂ ਪੁਰਖ ਕਰ ਦਿੰਦਾ ਹੈ। ਸਾਖੀ ਭੂਮੀਆਂ ਚੋਰ ਅਤੇ ਰਾਜੇ ਦੀ। ਜਿਵੇਂ ਭੂਮੀਆਂ ਚੋਰ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਸਿੱਖ ਬਣਨ ਵਾਸਤੇ ਆਇਆ, ਸਤਿਗੁਰਾਂ ਕਿਹਾ ਤੂੰ ਚੋਰੀ ਨਾ ਕਰਿਆ ਕਰ। ਇਸਨੇ ਕਿਹਾ ਜੀ ਚੋਰੀ ਨਹੀਂ ਛੁੱਟਦੀ, ਹੋਰ ਜੋ ਕਹੋ ਸੋ ਕਰਾਂਗਾ। ਤਾਂ ਗੁਰੂ ਜੀ ਨੇ ਕਿਹਾ ਕਿਸੇ ਦਾ ਲੂਣ ਖਾ ਕੇ ਉਸਦਾ ਬੁਰਾ ਨਹੀਂ ਕਰਨਾ, ਸਦਾ ਸੱਚ ਬੋਲਣਾ ਹੈ, ਗਰੀਬ ਮਾਰ ਨਹੀਂ ਕਰਨੀ ਅਤੇ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਭੂਮੀਆਂ ਨੇ ਕਿਹਾ ਜੀ ਸਤ ਬਚਨ। ਇੱਕ ਦਿਨ ਇਸਦੇ ਘਰ ਇੱਕ ਗਰੀਬ ਆ ਗਿਆ, ਉਸਨੇ ਕਿਹਾ ਮੇਰੀ ਲੜਕੀ ਦੀ ਸ਼ਾਦੀ ਹੈ, ਕੁਝ ਮਾਇਆ ਦਿਓ। ਤਾਂ ਭੂਮੀਆਂ ਸੋਹਣੇ ਸੋਹਣੇ ਕੱਪੜੇ ਪਾ ਕੇ ਰਾਜੇ ਦੇ ਮਹਿਲਾਂ ਵਿੱਚ ਚਲਾ ਗਿਆ। ਰਾਜੇ ਦੇ ਪਹਿਰੇਦਾਰਾਂ ਨੇ ਪੁੱਛਿਆ ਤੂੰ ਕੌਣ ਹੈ? ਤਾਂ ਇਸਨੇ ਕਿਹਾ ਮੈਂ ਭੂਮੀਆਂ ਚੋਰ ਹਾਂ। ਰਾਜੇ ਦੇ ਪਹਿਰੇਦਾਰਾਂ ਨੇ ਸਮਝਿਆ ਕਿ ਕੋਈ ਰਾਜੇ ਦਾ ਮਿਲਾਪੀ ਹੋਵੇਗਾ, ਮਖੌਲ ਨਾਲ ਆਪਾਂ ਨੂੰ ਚੋਰ ਕਹਿੰਦਾ ਹੈ। ਇਹ ਸੋਚ ਕੇ ਨਾ ਰੋਕਿਆ, ਇਸਨੇ ਅੰਦਰ ਜਾ ਕੇ ਹੀਰੇ ਜਵਾਹਰਾਤਾਂ ਅਤੇ ਗਹਿਣਿਆਂ ਦੀ ਪੰਡ ਬੰਨ ਲਈ। ਫਿਰ ਕੋਈ ਚੀਜ਼ ਖਾਣ ਲਈ ਖਿਆਲ ਕੀਤਾ ਤਾਂ ਇਸਦੇ ਹੱਥ ਨਮਕੀਨ ਪਦਾਰਥ ਆਇਆ ਤੇ ਭੁਲੇਖੇ ਨਾਲ ਖਾ ਲਿਆ। ਫਿਰ ਸਤਿਗੁਰਾਂ ਦਾ ਇਹ ਬਚਨ ਯਾਦ ਕਰਕੇ ਕਿ ਲੂਣ ਖਾ ਕੇ ਹਰਾਮ ਨਹੀਂ ਕਰਨਾ, ਬੰਨੀ ਹੋਈ ਪੰਡ ਉੱਥੇ ਹੀ ਛੱਡ ਦਿੱਤੀ, ਵਾਪਸ ਬਾਹਰ ਨਿਕਲ ਆਇਆ।
ਪਹਿਰੇਦਾਰਾਂ ਨੇ ਸਮਝਿਆ ਕੋਈ ਰਾਜੇ ਦਾ ਮਿੱਤਰ ਹੋਣਾ ਹੈ, ਮਿਲ ਕੇ ਵਾਪਸ ਚਲਾ ਗਿਆ ਹੈ। ਜਦੋਂ ਦਿਨ ਚੜਿਆ ਤਾਂ ਪਤਾ ਲੱਗਾ ਕਿ ਕੋਈ ਚੋਰ ਚੋਰੀ ਕਰਕੇ ਮਾਲ ਲੈ ਚੱਲਿਆ ਸੀ, ਪਰ ਪਤਾ ਲੱਗਣ ਤੇ ਇੱਥੇ ਹੀ ਛੱਡ ਗਿਆ ਹੈ। ਗਰੀਬਾਂ ਬੇਦੋਸ਼ਾਂ ਨੂੰ ਕੁੱਟਮਾਰ ਪੈਣ ਲੱਗੀ, ਮਾਰ ਪੈਂਦੀ ਵੇਖ ਕੇ ਭੂਮੀਆਂ ਸਹਾਰ ਨਾ ਸਕਿਆ ਅਤੇ ਸਤਿਗੁਰਾਂ ਦੇ ਬਚਨ ਯਾਦ ਕਰਕੇ ਰਾਜੇ ਪਾਸ ਜਾ ਕੇ ਸੱਚ ਸੱਚ ਦੱਸ ਦਿੱਤਾ, ਹੇ ਰਾਜਨ, ਇਹਨਾਂ ਦਾ ਕੋਈ ਦੋਸ਼ ਨਹੀਂ, ਸਭ ਛੱਡ ਦਿਓ, ਚੋਰ ਤਾਂ ਤੁਹਾਡਾ ਮੈਂ ਹਾਂ। ਫਿਰ ਰਾਜੇ ਦੇ ਪੁੱਛਣ ਤੇ ਇਸਨੇ ਸਤਿਗੁਰਾਂ ਦੇ ਤਿੰਨੇ ਬਚਨ ਦੱਸੇ ਤਾਂ ਰਾਜਾ ਬੜਾ ਪ੍ਰਸੰਨ ਹੋਇਆ, ਭੂਮੀਏ ਨੂੰ ਆਪਣਾ ਵਜ਼ੀਰ ਬਣਾ ਲਿਆ ਤੇ ਕਿਹਾ, ਜਿਸ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇਰੇ ਤੇ ਬਖਸ਼ਿਸ਼ ਕੀਤੀ ਹੈ, ਮੈਨੂੰ ਵੀ ਦਰਸ਼ਨ ਕਰਵਾ। ਭੂਮੀਏ ਨੇ ਕਿਹਾ, ਜੇ ਤੇਰੇ ਮਨ ਵਿੱਚ ਦਰਸ਼ਨਾਂ ਦੀ ਭਾਵਨਾ ਹੈ ਤਾਂ ਧਰਮਸ਼ਾਲਾ ਬਣਵਾ, ਉੱਥੇ ਸਤਸੰਗਤ ਹੋਵੇ, ਤੇਰੇ ਪ੍ਰੇਮ ਨੂੰ ਵੇਖ ਕੇ ਸਤਿਗੁਰੂ ਜੀ ਤੈਨੂੰ ਘਰ ਵਿੱਚ ਹੀ ਦਰਸ਼ਨ ਦੇ ਕੇ ਨਿਹਾਲ ਕਰਨਗੇ। ਰਾਜੇ ਨੇ ਇਸ ਤਰ੍ਹਾਂ ਹੀ ਕੀਤਾ। ਰਾਜੇ ਦੇ ਘਰ ਵਿੱਚ ਕੋਈ ਬੱਚਾ ਨਹੀਂ ਸੀ, ਸੰਗਤ ਤੋਂ ਪੁੱਤਰ ਦੀ ਅਰਦਾਸ ਕਰਵਾਈ, ਪਰ ਜਨਮੀ ਲੜਕੀ। ਫਿਰ ਵੀ ਰਾਜੇ ਨੇ ਸ਼ਰਧਾ ਰੱਖੀ ਕਿ ਸੰਗਤ ਦੀ ਅਰਦਾਸ ਝੂਠੀ ਨਹੀਂ ਹੋ ਸਕਦੀ, ਇਸ ਲਈ ਪੁੱਤਰ ਜਾਣ ਕੇ ਪਾਲਿਆ। ਕਿਸੇ ਹੋਰ ਰਾਜੇ ਦੀ ਲੜਕੀ ਨਾਲ ਆਪਣੀ ਲੜਕੀ ਦੀ ਮੰਗਣੀ ਕਰ ਦਿੱਤੀ। ਜਦ ਵਿਆਹਣ ਲਈ ਜੰਝ ਚੜੀ, ਰਸਤੇ ਵਿੱਚ ਇੱਕ ਹਰਨ ਨਿਕਲਿਆ। ਲੜਕੀ ਨੇ ਕਿਹਾ, ਪਿਤਾ ਜੀ, ਜੇ ਆਗਿਆ ਹੋਵੇ ਤਾਂ ਮੈਂ ਇਸਦਾ ਸ਼ਿਕਾਰ ਕਰਾਂ। ਰਾਜੇ ਦੇ ਆਗਿਆ ਦੇਣ ਤੋਂ ਲੜਕੀ ਨੇ ਹਰਨ ਪਿੱਛੇ ਘੋੜਾ ਦੌੜਾਇਆ, ਇਕੱਲੀ ਹੀ ਸੰਘਣੇ ਜੰਗਲ ਵਿੱਚ ਪਹੁੰਚ ਗਈ, ਜਿੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਭਾਈ ਬਾਲੇ ਅਤੇ ਭਾਈ ਮਰਦਾਨੇ ਸਮੇਤ ਬੈਠੇ ਹੋਏ ਸਨ। ਹਿਰਨ ਤਾਂ ਅਲੋਪ ਹੋ ਗਿਆ ਤੇ ਲੜਕੀ ਨੇ ਘੋੜੇ ਤੋਂ ਉੱਤਰ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਮਰਦਾਂ ਵਾਲੇ ਬਸਤਰ ਵੇਖ ਕੇ ਸਤਿਗੁਰਾਂ ਕਿਹਾ, ਆ ਕਾਕਾ, ਨਾਮ ਚਿੱਤ ਆਵੇ। ਸਤਿਗੁਰਾਂ ਦੇ ਇਸ ਤਰ੍ਹਾਂ ਬਚਨ ਕਹਿਣ ਸਾਰ ਹੀ ਲੜਕੀ ਦੇ ਸਾਰੇ ਅੰਗ ਮਰਦਾਂ ਵਾਲੇ ਬਣ ਗਏ। ਇਤਨੇ ਚਿਰ ਨੂੰ ਸਾਰੀ ਜੰਝ ਵੀ ਉੱਥੇ ਆ ਪਹੁੰਚੀ, ਦਰਸ਼ਨ ਕਰਕੇ ਨਿਹਾਲ ਹੋਏ ਅਤੇ ਨਮਸਕਾਰ ਕਰਕੇ ਰਸਤੇ ਚੱਲ ਪਏ। ਅੱਗੇ ਲੜਕੀ ਵਾਲਿਆਂ ਪਾਸ ਕਿਸੇ ਨੇ ਚੁਗਲੀ ਕਰ ਦਿੱਤੀ ਕਿ ਤੁਹਾਡਾ ਜਵਾਈ ਤਾਂ ਲੜਕੀ ਹੈ। ਤਾਂ ਲੜਕੀ ਵਾਲਿਆਂ ਨੇ ਪਰਖਣ ਵਾਸਤੇ ਕਿਹਾ, ਜੀ, ਸਾਡੀ ਰੀਤੀ ਹੈ ਕਿ ਅਸੀਂ ਵਿਆਹ ਤੋਂ ਪਹਿਲਾਂ ਘਰ ਵਿੱਚ ਲੜਕੇ ਦਾ ਆਪ ਇਸ਼ਨਾਨ ਕਰਾਉਂਦੇ ਹਾਂ, ਵਿਆਹ ਫਿਰ ਕਰਦੇ ਹਾਂ। ਜਦ ਇਸ਼ਨਾਨ ਕਰਵਾਇਆ ਤਾਂ ਪਤਲੇ ਪਰਨੇ ਵਿੱਚ ਦੀ ਲੜਕਿਆਂ ਵਾਲੇ ਸਾਰੇ ਅੰਗ ਵੇਖ ਕੇ ਨੈਣ ਬੜੀ ਪ੍ਰਸੰਨ ਹੋਈ ਅਤੇ ਰਾਜੇ ਰਾਣੀ ਨੂੰ ਜਾ ਕੇ ਕਿਹਾ, ਤੁਹਾਡੇ ਪਾਸ ਕਿਸੇ ਨੇ ਝੂਠੀ ਚੁਗਲੀ ਕੀਤੀ ਹੈ, ਤੁਹਾਡਾ ਜਵਾਈ ਤਾਂ ਬੜੇ ਸੁੰਦਰ ਅੰਗਾਂ ਵਾਲਾ ਲੜਕਾ ਹੈ, ਪੁਰਖਣ ਤੇ ਜੋ ਨਾਰੀ, ਪਰਮਾਤਮਾ ਜੇ ਚਾਹੇ ਤਾਂ ਆਦਮੀ ਤੋਂ ਇਸਤਰੀ ਕਰ ਦਿੰਦਾ ਹੈ। ਸਾਖੀ ਨਾਰਦ ਮੁਨੀ ਜੀ, ਇੱਕ ਵਾਰੀ ਨਾਰਦ ਮੁਨੀ ਨੇ ਭਗਵਾਨ ਨੂੰ ਕਿਹਾ, ਜਿਹੜੀ ਮਾਇਆ ਗਿਆਨੀਆਂ ਧਿਆਨੀਆਂ ਨੂੰ ਭੁਲਾ ਦਿੰਦੀ ਹੈ, ਮੈਨੂੰ ਵੀ ਕਿਰਪਾ ਕਰਕੇ ਉਸ ਮਾਇਆ ਦੇ ਦਰਸ਼ਨ ਕਰਵਾਓ। ਤਾਂ ਭਗਵਾਨ ਨੇ ਨਾਰਦ ਮੁਨੀ ਨੂੰ ਦਰਿਆ ਦੇ ਇਸ਼ਨਾਨ ਕਰਨ ਵਾਸਤੇ ਭੇਜਿਆ। ਇਸ਼ਨਾਨ ਕਰਨ ਗਏ ਨੂੰ ਇੱਕ ਵੱਡੇ ਸਾਰੇ ਮਗਰਮੱਛ ਨੇ ਨਿਗਲ ਲਿਆ ਤੇ ਦਰਿਆ ਦੇ ਦੂਸਰੇ ਕੰਢੇ ਜਾ ਕੇ ਉਗਲਾ ਛੱਡ ਦਿੱਤਾ। ਤਾਂ ਨਾਰਦ ਦਾ ਸਾਰਾ ਸਰੀਰ ਇਸਤਰੀਆਂ ਵਾਲਾ ਬਣ ਗਿਆ। ਉੱਥੋਂ ਦਾ ਰਾਜਾ ਇਸ ਨੂੰ ਸੁੰਦਰ ਇਸਤਰੀ ਵੇਖ ਕੇ ਆਪਣੇ ਮਹਿਲਾਂ ਵਿੱਚ ਲੈ ਗਿਆ। ਇਸ ਤੋਂ 60 ਲੜਕੇ ਅਤੇ 12 ਲੜਕੀਆਂ ਪੈਦਾ ਹੋਈਆਂ। ਫਿਰ ਇੱਕ ਦਿਨ ਦਰਿਆ ਤੇ ਇਸ਼ਨਾਨ ਕਰਨ ਗਿਆ ਤਾਂ ਉਸੇ ਮਗਰਮੱਛ ਨੇ ਫਿਰ ਨਿਗਲ ਲਿਆ ਤੇ ਦੂਸਰੇ ਕੰਢੇ ਤੇ ਜਾ ਕੇ ਕੱਢ ਦਿੱਤਾ। ਤਾਂ ਪਰਮੇਸ਼ਰ ਦੀ ਮਾਇਆ ਦਾ ਪ੍ਰੇਰਿਆ ਹੋਇਆ ਨਾਰਦ ਮੁਨੀ ਆਪਣੇ ਆਪ ਨੂੰ ਇਸਤਰੀ ਸਮਝ ਕੇ
ਬੱਚਿਆਂ ਦਾ ਮੋਹ ਕਰਕੇ ਰੋਣ ਲੱਗ ਪਿਆ ਕਿ ਮੇਰੇ ਬੱਚੇ ਕਿੱਥੇ ਰਹਿ ਗਏ ਹਨ, ਮੈਂ ਇਤਨੀ ਦੂਰ ਕਿੱਥੇ ਆ ਪਹੁੰਚੀ ਹਾਂ। ਭਗਵਾਨ ਨੇ ਇਸ ਦੇ ਮੂੰਹ ਤੇ ਚਪੇੜ ਮਾਰ ਕੇ ਮਾਇਆ ਦਾ ਅਸਰ ਦੂਰ ਕਰ ਦਿੱਤਾ, ਪਰ ਫਿਰ ਵੀ ਕਹਿਣ ਲੱਗਾ, ਜੀ ਮੇਰੀਆਂ 12 ਧੀਆਂ ਅਤੇ 60 ਪੁੱਤਰਾਂ ਦੀ ਕੋਈ ਯਾਦ ਕਾਇਮ ਕਰੋ। ਤਾਂ ਭਗਵਾਨ ਨੇ 12 ਰਾਸਾਂ ਅਤੇ 60 ਸੰਮਤ ਬਣਾਏ, ਭਾਵ ਦੇਵਤਿਆਂ ਦੀਆਂ 3 ਬੀਸੀਆਂ ਅਤੇ 12 ਰਾਸਾਂ ਬਣਾਈਆਂ। ਇਹ ਉਹ ਨਾਰਦ ਮੁਨੀ ਨੂੰ ਪਹਿਲਾਂ ਪੁਰਸ਼ ਤੋਂ ਇਸਤਰੀ ਬਣਾਇਆ ਅਤੇ ਫਿਰ ਇਸਤਰੀ ਤੋਂ ਪੁਰਸ਼ ਬਣਾਇਆ। ਪੁਰਾਣਕ ਮਤ ਅਨੁਸਾਰ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਹਾਰੀ। ਕਬੀਰ ਸਾਹਿਬ ਜੀ ਕਥਨ ਕਰਦੇ ਹਨ, ਜੋ ਸਾਧੂਆਂ ਸੰਤਾਂ ਭਗਤਾਂ ਦਾ ਪ੍ਰੀਤਮ ਪਿਆਰਾ ਵਾਹਿਗੁਰੂ ਹੈ, ਮੈਂ ਤਿਸ ਮੂਰਤ ਸਰੂਪ ਤੋਂ ਬਲਹਾਰ ਜਾਂਦਾ ਹਾਂ। ਭਗਤਾਂ ਦਾ ਐਸਾ ਪਿਆਰਾ ਹੈ ਜੋ ਭਗਤਾਂ ਦਾ ਨਿਆਰਾ ਹੋ ਕੇ ਪੱਖ ਕਰਦਾ ਹੈ। ਹਰਨਾਕਸ਼ ਦੀ ਤਲਵਾਰ ਪ੍ਰਹਿਲਾਦ ਦੇ ਗਲ ਤੱਕ ਨਹੀਂ ਸੀ ਪਹੁੰਚਣ ਦਿੱਤੀ, ਪਹਿਲਾਂ ਹੀ ਥੰਮ ਵਿੱਚੋਂ ਪ੍ਰਗਟ ਹੋ ਕੇ ਹਰਨਾਕਸ਼ ਨੂੰ ਪਕੜ ਲਿਆ ਅਤੇ ਪੱਟਾਂ ਤੇ ਲਟਾ ਕੇ ਨੋਹਾਂ ਨਾਲ ਚੀਰ ਕੇ ਮਾਰ ਦਿੱਤਾ ਸੀ। ਕਬੀਰ ਸਾਹਿਬ ਜੀ ਦਾ ਜੱਗ ਸੰਪੂਰਨ ਕੀਤਾ, ਧੰਨੇ ਭਗਤ ਦੀਆਂ ਗਊਆਂ ਚਾਰੀਆਂ, ਭਗਤ ਨਾਮ ਦੇਵ ਜੀ ਦੀ ਛੱਪਰੀ ਬੰਨੀ, ਮੋਈ ਗਊ ਜਿਉਂਦੀ ਕੀਤੀ, ਦੇਹੁਰਾ ਫੇਰਿਆ ਜਥਾ ਫੇਰ ਦੀਆ, ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰ ਲਾ। ਮਲਹਾਰ ਨਾਮਦੇਵ ਜੀ ਅੰਗ 1292 ਅਤੇ 93। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।